दीप सिद्धू ने एक बार दस्या मैनू गल्लां तां हासे च ही हो रही सी। कहिंदा एक किसे पंजाबी दे फिल्म प्रोड्यूसर ने ना मैनू फिल्म की एक पेशकश की कि तैनू असीं आपदी फिल्म च लैना चाहुंदे आ ते साडे कोले आ। ओह गया पुछिया किहड़ी फिल्म बना रहे हो, की कहानी है ते मेरा रोल की है। वह कहानी पंजाब दे किसे सूरमे की कहानी सी ते जिथे सूरमा हो उत्थे खलनायक भी होगा। उन्होंने पता सिद्धू नूं किहड़ी पेशकश की भी तू खलनायक का रोल निभाउणा है। वह खलनायक जिहड़ा बदचलन सी जिहनूं नायक कुटदा ते गोली मार दिंदा है। दीप सिद्धू कहिंदा गल सुन लो, मैं फिल्मी पर्दे ते भी चपेड़ा नहीं खानिया, मैं चपेड़ा मारनी है। ये छोटी गल नहीं, ये छोटी गल नहीं सी भी मैं हुण आ कहां मैं आ कहां। ये उचेच नाल नहीं गल्लां हुंदियां, अंदरों बोल दियां। सो पंजाब दी अणख की है उहदी मैं तुहानूं इक होर गल सुणाउणा, तुसीं हस भी सकदे हो ते उहदे डूंघे अर्थ भी समझ सकदे हो। YPS मोहाली दे विच इक वार सभ्याचारक प्रोग्राम होया बच्चों का। सो उत्थे सारे बच्चों नूं उहनां ने हिस्सा लवाउणा हुंदा है ते इक नाटक जिहा सी कि जंगल दे विच कोई पीपनी बाजे जिहड़े साडे हुंदे ने जिहनूं अंग्रेजी च वैन पैर कहने आ, कोई बंदा पीपनी बाजा बजाउंदा है ते सारे जानवर आपदे आपदे टिकाणिआं चों निकल के उहदे पिछे तुरन लग जांदे आ। उहदे च शेर तों लै के चूहे तक सारे जानवर सी। सो स्कूल वालिआं ने सब नूं रोल देता शेर तों लै के चूहे तक, ते जिहनूं चूहे दा रोल दित्ता ਉਹ ਨੈਚੁਰਲੀ ਛੋਟਾ ਬੱਚਾ ਸੀ, ਕਮਜ਼ੋਰ ਜਿਹਾ ਬੱਚਾ ਸੀ। ਪਰ ਉਹ ਬੱਚਾ ਕਿਸੇ ਮੁਕਸਰੀਏ ਸਰਦਾਰ ਦਾ ਸੀ। ਉਹਨੇ ਘਰੇ ਜਾ ਕੇ ਜਦੋਂ ਦੱਸਿਆ, ਉਹਨੇ ਤਾਂ ਬੜਾ ਉਤੇਜਨਾ ਦੇ ਵਿੱਚ ਦੱਸਿਆ ਕਿ ਮੈਂ ਨਾਟਕ ਦੇ ਵਿੱਚ ਰੋਲ ਕਰ ਰਿਹਾ ਅਤੇ ਮੈਂ ਚੂਹਾ ਬਣ ਰਿਹਾ। ਉਹਨੇ ਤਾਂ ਖੁਸ਼ ਹੋ ਕੇ ਦੱਸਿਆ, ਪਰ ਜਦੋਂ ਉਹਦੇ ਬਾਪ ਨੇ ਸੁਣਿਆ ਤਾਂ ਉਹ ਗੰਭੀਰ ਹੋ ਗਿਆ। ਅਗਲੇ ਦਿਨ ਜਦੋਂ ਉਹ ਆਪਣੇ ਬੱਚੇ ਨੂੰ ਸਕੂਲ 'ਚ ਛੱਡਣ ਗਿਆ, ਸਿੱਧਾ ਪ੍ਰਿੰਸੀਪਲ ਨੂੰ ਜਾ ਕੇ ਮਿਲਿਆ। ਕਹਿੰਦਾ ਪ੍ਰਿੰਸੀਪਲ ਸਾਹਿਬ, ਸਾਡਾ ਮੁੰਡਾ ਚੂਹਾ ਨਹੀਂ ਬਣੂ। ਆਹ ਪੰਜਾਬ ਦੀ ਅਣਖ ਬੋਲਦੀ ਸੀ, ਅਸੀਂ ਚੂਹੇ ਨਹੀਂ ਬਣਨਾ, ਉਹ ਸਾਨੂੰ ਚੂਹੇ ਬਣਾਉਣਾ ਚਾਹੁੰਦੇ। ਆਹ ਸੀ ਪੰਜਾਬ ਦੀ ਅਣਖ। ਅਤੇ ਹੁਣ ਅਸੀਂ ਚੂਹੇ ਬਣਦੇ ਵੀ ਦੇਖੇ, ਸਾਡੇ ਵਿੱਚੋਂ ਚੂਹੇ ਬਣਦੇ ਦੇਖੇ। ਇਕੱਲੇ ਚੂਹੇ ਨਹੀਂ, ਬਾਂਦਰ ਦੀ ਡੁੱਗ ਡੁੱਗੀ 'ਤੇ ਨੱਚਦੇ, ਮਦਾਰੀ ਦੀ ਡੁੱਗ ਡੁੱਗੀ 'ਤੇ ਨੱਚ ਰਹੇ ਬਾਂਦਰ ਵੀ ਦੇਖ ਰਹੇ ਆ। ਸੋ ਅਸੀਂ ਬਸ ਆਹੀ ਗੱਲ ਹੈ, ਦੀਪ ਕਹਿੰਦਾ ਸੀ ਅਸੀਂ ਚੂਹੇ ਨਹੀਂ ਬਣਨਾ। ਮੈਂ ਸ਼ਹੀਦ ਜਸਵੰਤ ਸਿੰਘ ਖਾਲੜਾ 'ਤੇ ਕਿਤਾਬ ਲਿਖ ਰਿਹਾ ਸੀ, ਮੈਨੂੰ ਕਿਸੇ ਨੇ ਬੜਾ ਸਿਆਣੇ ਬੰਦੇ ਨੇ ਕਿਹਾ ਕਿ ਇੱਕ ਗੱਲ ਦਾ ਖਿਆਲ ਰੱਖਿਓ, ਦੀਪ ਜਸਵੰਤ ਸਿੰਘ ਖਾਲੜਾ ਨੂੰ ਸਾਰੇ ਸੰਸਾਰ 'ਚ ਬੜੀ ਮਾਨਤਾ ਮਿਲੀ ਹੈ। ਉਹ ਮਾਨਤਾ ਉਹਨੂੰ ਮਿਲੀ ਹੈ ਮਨੁੱਖੀ ਅਧਿਕਾਰਾਂ ਦੇ ਰਾਖੇ ਵਜੋਂ। ਉਹਦਾ ਕਿਤੇ ਵੀ ਖਾੜਕੂ ਲਹਿਰ ਨਾਲ ਸੰਬੰਧ ਨਾ ਦਰਸਾਇਓ, ਫਿਰ ਉਹਨੂੰ ਉਹ ਮਾਨਤਾ ਨਹੀਂ ਮਿਲਣੀ। ਹੁਣ ਤਾਂ ਉਹਨੂੰ ਬੜੇ ਉਹਦੇ ਨਾਂ 'ਤੇ ਪਾਰਕ ਬਣ ਰਹੇ ਨੇ, ਅਸੈਂਬਲੀਆਂ 'ਚ ਉਹਦੀ ਚਰਚਾ ਹੋ ਰਹੀ ਹੈ, ਕੌਂਸਲਾਂ 'ਚ ਚਰਚਾ ਹੋ ਰਹੀ ਹੈ। ਉਹਨੇ ਤਾਂ ਬੜੀ ਨੇਕ ਭਾਵਨਾ 'ਚੋਂ ਕਿਹਾ, ਮੈਂ ਉਹਨੂੰ ਕਿਹਾ ਅਸੀਂ ਆਪਦੇ ਕਿਸੇ ਸ਼ਹੀਦ ਨੂੰ ਵੱਧ ਮਾਨਤਾ ਲੈਣ ਵਾਸਤੇ ਆਪਣੇ ਬੱਬਰ ਸ਼ੇਰ ਨੂੰ ਖਰਗੋਸ਼ ਨਹੀਂ ਬਣਾਉਣਾ। ਆਹ ਹੈ ਪੰਜਾਬ ਦੀ, ਆਹ ਹੈ ਅਣਖ ਦੀ ਗੱਲ, ਕੌਮੀ ਅਣਖ ਦੀ ਗੱਲ। ਸੋ ਦੀਪ ਜਦੋਂ ਬੋਲਦਾ ਸੀ ਉਹਦੇ 'ਚ ਪੰਜਾਬ ਦੀ ਅਤੇ ਸਿੱਖ ਕੌਮ ਦੀ ਅਣਖ ਬੋਲਦੀ ਸੀ। ਅਤੇ ਜਦੋਂ ਹੀ ਉਹਨੇ ਸ਼ੰਭੂ ਮੋਰਚੇ 'ਤੇ ਆ ਕੇ ਬੋਲਣਾ ਸ਼ੁਰੂ ਕੀਤਾ, ਇੱਕਦਮ ਹਿਲਜੁਲ ਹੋਈ ਪੰਜਾਬ 'ਚ, ਤੁਰ ਸਾਰੇ ਦੇਸ਼ਾਂ ਵਿਦੇਸ਼ਾਂ 'ਚ।
ते जदों 26 नवंबर नूं उत्थे बैरीकेड भांडे काफले गए ਉਹ ਬਹੁਤ ਲੋਕਾਂ ਨੂੰ ਭੁਲੇਖਾ ਹੈ ਕਿ ਅਸੀਂ ਕੀਤਾ ਉਹਨੇ ਕੀਤਾ ਉਹ ਕਿਸੇ ਦੇ ਨਹੀਂ ਉਹਦੇ 'ਚੋਂ ਦੀਪ ਦੀ ਜਿਹੜੀ ਕਮਾਈ ਆ ਉਹ ਬੋਲ ਰਹੀ ਸੀ ਦੀਪ ਨੇ ਕੌਮ ਦੇ ਵਿੱਚ ਭਰਤੀ ਸੀ ਰੂਹ ਕਿਤੇ ਉਹ ਚੇਚ ਨਹੀਂ ਕਿਤੇ ਕੋਈ ਦਾਵਾ ਨਹੀਂ ਕਿਤੇ ਕੋਈ ਮਾਣ ਨਹੀਂ ਬਸ ਉਹ ਬੋਲੀ ਜਾ ਰਿਹਾ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਕੀਤੀਆਂ ਜਾ ਸਕਦੀਆਂ ਨੇ ਕਰਾਂਗੇ ਆਪਾਂ ਪਰ ਹੁਣ ਆਪਾਂ ਸਮੇਂ ਦੀ ਇੱਕ ਨਜ਼ਾਕਤ ਹੈ ਮਰਿਆਦਾ ਵੀ ਹੈ ਬਸ ਮੈਂ ਆਪਣੀ ਗੱਲ ਇੱਥੇ ਹੀ ਖਤਮ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ